ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਅਤੇ ਬੈਲ ਆਈਕਨ 'ਤੇ ਕਲਿੱਕ ਕਰਨਾ ਹੈ। ਇੱਕ ਅੱਛੀ ਅਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ, ਭਰਾਵਾਂ ਅਤੇ ਸੱਜਣਾਂ ਨੂੰ ਮਿਲਦਾ ਰਹੇ। ਅੱਲਾ ਦੇ ਖਾਸ ਫਜ਼ਲ ਓ ਕਰਮ ਦੇ ਨਾਲ ਵੀਰਾਂ ਵਾਸਤੇ ਅੱਜ ਦੋ ਛੋਟੀਆਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ, ਜਿਹੜੀਆਂ ਜੈਨੂਇਨ ਅੱਲਾ ਦੇ ਫਜ਼ਲ ਨਾਲ 4 ਤੋਂ 4.5 ਮਹੀਨਿਆਂ ਦੀ ਗੱਭਣਾ ਨੇ। ਅਸੀਂ ਤਸੱਲੀ ਕਰਵਾ ਕੇ ਦਿਆਂਗੇ ਔਰ ਇਨਸ਼ਾਅੱਲਾ ਜਿਹੜੀ ਗੱਲ ਕੀਤੀ ਹੈ ਉਹਦੇ 'ਤੇ ਅਲਹਮਦੁਲਿਲਾ ਪਹਿਰਾ ਦਿੰਦੇ ਹਾਂ, ਔਰ ਇਹਦੇ ਵਿੱਚ ਕੋਈ ਵਾਧਾ ਘਾਟਾ ਨਹੀਂ। ਬਾਕੀ ਇਹ ਅੱਲਾ ਦਾ ਮਾਲ ਹੈ, ਇਹਦੇ ਵਿੱਚ ਕੋਈ 2-4 ਦਿਨ ਦਾ 5 ਦਿਨ ਦਾ, ਕਿਉਂਕਿ ਸਮੁੰਦਰ ਨੇ ਹਰ ਬੰਦਾ ਸਾਹਿਬ ਇਲਮ ਨਹੀਂ, ਡਾਕਟਰ ਹਜ਼ਰਾਤ ਦੀ ਜਿਹੜੀ ਸੁਜੈਸ਼ਨ ਹੈ ਉਹਦੇ 'ਚ ਕੋਈ 5-7 ਦਿਨ ਦਾ ਵਾਧਾ ਘਾਟਾ ਹੋ ਸਕਦਾ। ਝੂਠ ਬੋਲ ਕੇ ਮਾਲ ਨਹੀਂ ਵੇਚਦੇ, 4 ਮਹੀਨੇ ਦੀ ਗੱਭਣ ਨੂੰ 6 ਮਹੀਨੇ ਦੀ ਗੱਭਣ ਨਹੀਂ ਦੱਸਦੇ, 6 ਵਾਲੀ ਨੂੰ ਇਹ ਨਹੀਂ ਕਰਦੇ ਕਿ ਜਨਾਬ 9 ਦੀ ਗੱਭਣ ਹੈ। ਜਿਹੜੀ ਜੈਨੂਇਨ ਹੋਏਗੀ ਅੱਲਾ ਦੇ ਫਜ਼ਲੋ ਕਰਮ ਨਾਲ, ਉਹ ਜੈਨੂਇਨ ਤਰੀਕੇ ਨਾਲ, ਅੱਛੇ ਤਰੀਕੇ ਨਾਲ ਔਰ ਪੂਰੇ ਵੈਲਿਡ ਤਰੀਕੇ ਨਾਲ ਮਾਲ ਨੂੰ ਅਸੀਂ ਅਲਹਮਦੁਲਿਲਾ ਵੇਚਦੇ ਹਾਂ, ਔਰ ਦੋਸਤਾਂ ਨੂੰ ਉਹੀ ਗੱਲ ਦੱਸਣਾ ਜਿਹੜੀ ਜੈਨੂਇਨ ਹੁੰਦੀ ਹੈ। ਇਹ ਜਿਹੜੀ ਜੋਟੀ ਪਹਿਲੇ ਨੰਬਰ 'ਤੇ ਸਾਡੇ ਕੋਲ, ਇਹ ਤੁਸੀਂ ਇਹਦੀ ਨਸਲਦਾਤ ਦਾ ਤਾਈਨ ਖੁਦ ਕਰਨਾ, ਇੱਕ ਹੱਡੀ ਪੁੱਠਾ ਜੋਟੀ ਨੂੰ ਚੈੱਕ ਕਰਨਾ, ਜੋਟੀ ਛਿੱਗ ਵਾਲੇ ਪੂਰੇ ਕਰਦੀ ਪਈ ਹੈ, ਅਜੇ 4 ਦੰਦ ਤੋਂ 6 ਵਾਲੇ ਪਾਸੇ ਗਈ ਹੈ, ਔਰ ਅਜੇ ਪੂਰੇ ਕਰਦੀ ਪਈ। ਇਹ ਨਹੀਂ ਕਿ ਅਸੀਂ ਕਿ ਚੌਗੀ ਹੈ ਅਤੇ ਜਨਾਬ 10 ਦਿਨ ਬਾਅਦ ਆ ਕੇ ਕਿ ਜਨਾਬ ਇਹ ਪੂਰੀ ਹੋ ਗਈ, ਐਸਾ ਕੋਈ ਨਹੀਂ। ਇਹ ਜੋਟੀ 6 ਦੰਦ ਅਜੇ ਹੁਣ ਹੁੰਦੀ ਪਈ ਹੈ, 4 ਤੋਂ 6 ਵਾਲੇ ਪਾਸੇ ਤੁਰ ਗਈ ਹੈ। ਜੋਟੀ ਦੀ ਬੂਥੀ ਚੈੱਕ ਕਰਨੀ ਹੈ, ਜੋਟੀ ਦੇ ਪੱਛਮ ਚੈੱਕ ਕਰਨੀ ਹੈ, ਜੋਟੀ ਨੂੰ ਮੋਤੀਆਂ ਰੰਗਾ ਰੱਖਿਆ ਸਿਰ ਅੱਲਾ ਦੇ ਫਜ਼ਲ ਕੱਠਾਂ ਵਿੱਚ, ਔਰ ਜੋਟੀ ਦੀ ਅੱਖ ਕਾਲੀ, ਜੋਟੀ ਦੇ ਸਿਰੀ ਬੁੱਥੀ ਧੌਣ ਕਮਾ ਧੁੰਨੀ ਔਰ ਕੌਲੀ ਔਰ ਪੈਰ ਪੂਰੀ ਤਸੱਲੀ ਕਰਨੀ ਹੈ। ਅਗਰ ਜੋਟੀ ਦੇ ਥਣਾਂ ਦੀ ਗੱਲ ਦੀ ਕੁਆਲਿਟੀ 'ਤੇ ਅਸੀਂ ਆਈਏ ਤਾਂ ਕੈਮਰੇ ਦੀ ਨਿਗਾਹ ਦੇ ਵਿੱਚ ਵੀਰਾਂ ਨੇ ਵੇਖ ਲੈਣਾ, ਪੂਰੀ ਚੂੜੀਏ ਔਰ ਸਿੱਟਾ ਚਿੱਟਾ ਹੈ ਔਰ ਅੱਲਾ ਦੇ ਫਜ਼ਲ ਨਾਲ ਥੱਲੇ ਰਸਗੁੱਲੇ ਲੱਗੇ ਹੋਏ ਨੇ, ਮਾਸ਼ਾਅੱਲਾ ਮਰਲੇ ਮਰਲੇ ਦੀ ਖੂਬਸੂਰਤ ਵੰਡ ਹੈ, ਔਰ ਜੋਟੀ ਪੂਰੀ ਵਲੈਤੀ ਹੈ। ਕੋਈ ਵੀਰ ਭਰਾ ਆਖੇ ਕਿ ਜੋਟੀ ਨੀਲੀ ਦੀ ਨਹੀਂ, ਅਸੀਂ ਜੋਟੀਆਂ ਦੇ ਪੈਸੇ ਨਹੀਂ ਲੈਣੇ, ਜੋਟੀ ਫ੍ਰੀ ਔਰ ਲੋਕਾਂ ਦੇ ਘਰੇ ਕਿਰਾਇਆ ਵੀ ਅਸੀਂ ਦੇਵਾਂਗੇ, ਰੋਟੀ ਪਾਣੀ ਦੇ ਪੈਸੇ ਵੀ ਦੇਵਾਂਗੇ। ਇਹ ਜੋਟੀ ਔਰ ਦੂਸਰੀ ਚੋਟੀ ਡਾਚੀ ਨਾਮੀ, ਦੂਸਰੀ ਦਾ ਨਾਂ ਡਾਚੀ ਔਰ ਡਾਚੀ ਦੇ ਸਟਾਈਲ ਆਪਣੇ ਨੇ। ਇਹ ਜੋਟੀ ਪਿਓਰ ਨੀਲੀ ਦੀ ਹੈ, ਪਹਿਲੇ ਨੰਬਰ ਵਾਲੀ ਔਰ ਪੂਰੀ ਕੁਆਲਿਟੀ ਵਿੱਚ 1 ਨੰਬਰ ਹੈ। ਜੋਟੀ ਨੂੰ ਪੂਰੇ 4 ਮਹੀਨੇ ਹੋ ਗਏ ਨੇ, 5ਵੇਂ ਹੀ ਚੱਲਦੀ ਪਈ ਹੈ। ਬਾਕੀ ਨਸੀਬ ਦੀ ਗੱਲ ਹੈ, ਚੈੱਕ ਕਰਾ ਕੇ ਤਸੱਲੀ ਕਰਾ ਕੇ ਅੱਲਾ ਦੇ ਫਜ਼ਲ ਨਾਲ ਜਿਹੜੀ ਗੱਲ ਆਖਾਂਗੇ ਉੱਥੇ ਪਹਿਰਾਂ ਦੇ ਕੇ 5-10 ਦਿਨ ਦਾ ਵਾਧਾ ਘਾਟਾ ਹੋ ਸਕਦਾ, ਕਿਉਂਕਿ ਇਹ ਸਮੁੰਦਰ ਨੇ ਡਾਕਟਰ ਐਡੇ ਸਾਹਿਬ ਇਲਮ ਨਹੀਂ ਹੁੰਦੇ। ਮਜ਼ੀਦ ਇਨਸ਼ਾਅੱਲਾ ਇਹ ਹੈ ਕਿ ਅਗਰ 4 ਤੋਂ 5 ਮਹੀਨੇ ਦੀ ਗੱਭਣ ਦੱਸੀ, ਇਹ 5ਵਾਂ ਚੱਲਦਾ ਪਿਆ ਔਰ 4 ਮੁਕੰਮਲ ਨੇ, ਅਤੇ ਇਹਦੇ ਵਿੱਚ ਕੋਈ 2-4 ਦਿਨ ਦਾ 5 ਦਿਨ ਦਾ ਵਾਧਾ ਘਾਟਾ ਹੋ ਸਕਦਾ। ਹਰ ਬੰਦਾ ਸਾਹਿਬ ਇਲਮ ਨਹੀਂ ਹੁੰਦਾ, ਮੇਰਾ ਮਾਲਕ ਹੈ ਸਭ ਤੋਂ ਵੱਡਾ ਸਾਹਿਬ ਇਲਮ। ਔਰ ਜੋਟੀ ਦੀ ਕਲਾਸ ਔਰ ਕੁਆਲਿਟੀ ਚੈੱਕ ਕਰਨੀ ਹੈ, ਜੋਟੀ ਸਾਡੀ ਨੀਲੀ 'ਚ ਨਾ ਹੋਏ, ਜੋਟੀ ਦੀ ਗਲਤ ਲੰਮੀ ਧੌਣ ਨਾ ਹੋਏ, ਬੁੱਥੀ ਚੰਗੀ ਲੰਮੀ ਨਾ ਹੋਏ, ਮਗਰੋਂ ਮੱਝ ਹੋਏ, ਅੱਗੋਂ ਕੱਟੀ ਹੋਵੇ, ਫਿਰ ਤਾਂ ਅਸੀਂ ਨੀਲੀ ਦੇ ਦਾਅਵੇਦਾਰ ਹੈ। ਅਤੇ ਜੇ ਇਹ ਗੱਲਾਂ ਨਾ ਹੋਣ ਤਾਂ ਫਿਰ ਜਨਾਬ ਬਾਕੀ ਤੁਸੀਂ ਕਹੋ ਕਿ ਯਾਰ ਨਦੀਮ ਭਾਈ ਇਹ ਮਾਮਲਾ, ਅਸੀਂ ਤਾਬੇਦਾਰ ਬੈਠੇ ਹਾਂ। ਅੱਲਾ ਦੇ ਫਜ਼ਲ ਨਾਲ ਪੂਰੀ ਕਲਾਸ ਦੀ ਚੋਟੀ ਔਰ ਪੂਰੀ ਬਲੈਕੀ ਚੋਟੀ, ਇਹਨੂੰ ਟੋਰੋ ਖਾਈ ਸਿਮਕਰ ਭਾਈ ਇਹਨੂੰ। ਜੋਟੀ ਦੀ ਕੁਆਲਿਟੀ ਫਿਜ਼ੀਕਲ ਤੁਸੀਂ ਚੈੱਕ ਕਰ ਲਿਆ ਕਿ ਮਾਸ਼ਾਅੱਲਾ ਜੋਟੀ ਕਿਸ ਕੁਆਲਿਟੀ ਦੀ ਹੈ ਔਰ ਕਿਸ ਕਲਾਸ ਦੀ ਹੈ, ਅਲਹਮਦੁਲਿਲਾ ਕੋਈ ਵਾਧਾ ਘੱਟ ਨਹੀਂ। ਜੋਟੀ ਚੱਲਣ ਪੱਟੀ ਫਿਰਦੀ ਹੈ ਔਰ ਅਲਹਮਦੁਲਿਲਾ ਬਹੁਤ ਹੀ ਅੰਟੀ ਪੀਸ ਹੈ, ਅਲਹਮਦੁਲਿਲਾ ਕੋਈ ਵਾਧਾ ਘਾਟਾ ਨਹੀਂ। ਬਾਕੀ ਲੈਣੇ ਦੇਣੇ ਹਮੇਸ਼ਾ ਇਸ ਤਰ੍ਹਾਂ ਮੁਕੱਦਰ ਨੇ। ਪੂਰੀਆਂ ਦਰਿਆ ਦੀਆਂ ਚੜ੍ਹਨ ਵਾਲੀਆਂ ਚੋਟੀਆਂ ਔਰ ਖਾਸ ਖਾਸ ਨੀਲੀ ਦੀਆਂ, ਇਹਦੇ ਵਿੱਚ ਕਿਸੇ ਕਿਸਮ ਦਾ ਵਾਧਾ ਘਾਟਾ ਕੋਈ ਨਹੀਂ। ਫੜ ਲਓ ਜੋ ਕਿ ਫੜ ਕੇ ਨਾਲ ਲੈ ਚਲੋ, ਤਾਂ ਉੱਥੇ ਬੰਨ ਲਓ, ਪੈੜਾ ਪਾ ਲਓ।
ਮਾਸ਼ਾਅੱਲਾ ਫਿਜ਼ੀਕਲੀ ਆਪਾਂ ਚੈੱਕ ਕਰਾ ਦਿੱਤੀ ਹੈ, ਵਾਧਾ ਘਾਟਾ ਕੋਈ ਪੈੜਾ ਪੜਾ। ਮਾਸ਼ਾਅੱਲਾ ਪੁੱਤਰ ਨੇ ਜੀ ਆਹਾਂ ਖਿਆਲ ਦੇ ਤੁਸੀਂ ਆਪ ਕਰਨਾ, ਫਿਜ਼ੀਕਲੀ ਚੈੱਕ ਕਰਨੀ ਹੈ ਰੋਟੀ ਦੇ ਖਿਲਾਫ। ਇਹ ਜਨਾਬ ਇੱਕ ਨੰਬਰ ਜੋਟੀ ਸੀ, ਜੋਟੀ ਨੰਬਰ ਦੋ 'ਤੇ ਜਾਣੇ ਸਿਰਫ ਤੈਨੂੰ ਪਾਓ ਪੈਣਾ ਪੈਣਾ ਬੱਚੇ ਨੂੰ। ਜੋਟੀ ਨੰਬਰ ਦੋ 'ਤੇ ਜਾ ਰਹੇ ਹਾਂ ਜੀ ਵੀਰਾਂ ਦੇ ਸਾਹਮਣੇ। ਜੋਟੀ ਅਗਰ ਇਸ ਦੀ ਕਲਾਸ ਔਰ ਨਸਲ ਦੀ ਗੱਲ ਕਰੀਏ, ਹਜ਼ਾਰਾਂ ਨਸਲਾਂ ਦੇ ਵਿੱਚੋਂ ਕਦੇ ਇਹ ਜਿਹੇ ਜਾਨਵਰ ਪੈਦਾ ਹੁੰਦੇ ਨੇ। ਜੋਟੀ ਦੀ ਬੂਥੀ, ਜੋਟੀ ਦਾ ਸਿਰ ਔਰ ਹੱਡੀਆਂ ਮਾਸ਼ਾਅੱਲਾ ਗਿੱਠ ਗਿੱਠ ਪੂਰੀ ਜੋਟੀ ਉੱਤੇ ਪਸ਼ਮ ਹੈ। ਪੂਰੀ ਜੋਟੀ 'ਤੇ ਪਸ਼ਮ ਹੈ, ਪੂਰੀ ਵਲੈਤੀ ਹੈ ਔਰ ਅੱਲਾਹ ਦੇ ਫਜ਼ਲੋ ਕਰਮ ਨਾਲ 1% ਵੀ ਜੋਟੀ ਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਹੈ ਮਾਸ਼ਾਅੱਲਾ। ਫਿਜ਼ੀਕਲੀ ਤੁਸੀਂ ਇਸ ਜੋਟੀ ਨੂੰ ਪੂਰੀ ਤਸੱਲੀ ਕਰਨੀ ਹੈ। ਜੋਟੀ ਨੂੰ ਬਿਲਕੁਲ ਅਗਲੇ ਪੈਰ ਮਾਸ਼ਾਅੱਲਾ ਘੋੜਿਆਂ ਦੇ ਸੁਭਾ ਵਰਗੇ ਔਰ ਥੰਮਾਂ ਵਰਗੇ ਮਾਸ਼ਾਅੱਲਾ ਅੱਲਾਹ ਦੇ ਫਜ਼ਲ ਨਾਲ ਕੋਈ ਵਾਧਾ ਘਾਟਾ ਨਹੀਂ, ਮੱਥੇ 'ਤੇ ਫੁੱਲੀ ਹੈ ਔਰ ਮਾਸ਼ਾਅੱਲਾ ਬੜੀ ਕਲਾਸ ਦਾ ਜਾਨਵਰ ਹੈ ਅਲਹਮਦੁਲਿਲਾ। ਲੈਣੇ ਦੇਣੇ ਮੁਕੱਦਰ ਨੇ, ਇਹਨੂੰ ਮੈਂ ਕਹਿੰਦੀ ਪਹਿਲਾਂ ਛੱਡਣਾ, ਇਹ ਗਣੀ ਤੰਗ ਕਰਦੀ। ਅੱਛਾ ਜਾਨਵਰ ਹੈ ਮਾਸ਼ਾਅੱਲਾ, ਫਿਜ਼ੀਕਲੀ ਕੋਈ ਇਹਦੇ 'ਚ ਵਾਧਾ ਘਾਟਾ ਨਹੀਂ, ਤਸੱਲੀ ਤੁਸੀਂ ਕਰ ਲਈ। ਇਹ ਜੋਟੀ ਨੰਬਰ 1 ਹੈ, ਉਹ ਜੋਟੀ ਨੰਬਰ 2 ਹੈ, ਬਾਬਾ ਜੀ ਨੂੰ ਕਿਹਾ ਵਲ ਕੇ ਲੈ ਕੇ ਆਉਂਦੇ ਨੇ। ਹਾਂਜੀ ਤੁਰੇ ਚਲਵਾਂਗਾ, ਥੱਲੇ ਨਾ ਕਿਤੇ ਆ ਜਾਏ ਜੀ। ਇਹਨੂੰ ਲਿਆ ਕੇ ਪੈੜਾ ਪਾਉਂਦੇ ਹਾਂ, ਇਹਦੀ ਤਸੱਲੀ ਤੁਸੀਂ ਉਹ ਆ ਰਹੀ ਹੈ, ਤੁਸੀਂ ਤਸੱਲੀ ਕਰ ਲੈਣੀ ਜੋਟੀ ਦੀ ਕਿ ਕਿਸ ਕਲਾਸ ਦੀ ਜੋਟੀ ਔਰ ਕਿਸ ਨਸਲ ਦੀ ਹੈ। ਜੋਟੀ ਨੂੰ ਮਾਸ਼ਾਅੱਲਾ ਕਾਤ ਕਿੰਨਾ ਆ ਜਿਹੜੀ ਆਉਂਦੀ ਪਈ ਹੈ, ਇਹਦਾ ਨਾਮ ਡਾਚੀ ਰੱਖਿਆ ਮਾਲਗਨ। ਇਹ ਡਾਚੀ ਨਾਮ ਵੀ ਜੋਟੀ ਹੈ ਔਰ ਮਾਸ਼ਾਅੱਲਾ ਬੜੀ ਕਲਾਸ ਦਾ ਜਾਨਵਰ। ਨੀਲੀ ਦੇ ਵਿੱਚ ਮੂੰਹ ਤੋਂ ਚਾਰ ਦਿੰਦੇ, ਨੀਲੀ ਦੇ ਵਿੱਚ ਇਸ ਤਰ੍ਹਾਂ ਦਾ ਜਾਨਵਰ ਬਹੁਤ ਜੋਟੀਆਂ ਪੈਦਾ ਹੁੰਦੀਆਂ ਨੇ। ਔਰ ਮਾਸ਼ਾਅੱਲਾ ਜੋਟੀ ਨੂੰ ਕਬਾੜ ਚੈੱਕ ਕਰਨਾ, ਜੋਟੀ ਦਾ ਪੁੱਠਾ ਚੈੱਕ ਕਰਨਾ, ਅੱਗੋਂ ਬਰੀਕ ਚੈੱਕ ਕਰਨੀ ਕਿੰਨੀ ਹੈ, ਨਫੀਸ ਚੈੱਕ ਕਰਨੀ ਕਿ ਕਿੰਨੀ ਹੈ, ਹੱਡੀਆਂ ਕਿੱਥੇ ਪਈਆਂ ਨੇ, ਪਸ਼ਮ ਕਿੰਨੀ ਕਿੰਨੀ ਹੈ। ਹਨ ਅਤੇ ਹਵਾਨੇ ਦੀ ਹਮੇਸ਼ਾ ਗਰੰਟੀ ਹੁੰਦੀ ਹੈ, ਉਹ ਅਸੀਂ ਦੱਸਣੇ ਹਾਂ ਕਿ ਜੋਟੀ ਨੂੰ ਥਣ ਮਾਸ਼ਾਅੱਲਾ ਪੂਰੀਆਂ ਵੰਡਾਂ 'ਤੇ ਔਰ ਰਸਗੁੱਲੇ ਵਰਗਾ ਲੱਗਿਆ ਹੋਇਆ। ਅਲਹਮਦੁਲਿਲਾ ਪੂਰੀ ਕਲਾਸ ਦੀ ਝੋਟੀ ਹੈ ਔਰ 4 ਮਹੀਨੇ ਤਕਰੀਬਨ ਇਹਨੂੰ ਵੀ ਪੂਰੇ ਨੇ ਔਰ 4ਵੇਂ ਮਹੀਨੇ ਦੇ ਵਿੱਚ 4 ਮਹੀਨੇ ਪੂਰੇ ਨੇ। ਉੱਤੇ ਕੋਈ 2 ਦਿਨ 3 ਦਿਨ 4 ਦਿਨ ਕੱਢ ਜਾਏ, ਉਹ ਇੱਕ ਅਲੱਗ ਮੈਟਰ ਹੈ। ਹਰ ਪਾਸੋਂ ਮਾਸ਼ਾਅੱਲਾ ਪੂਰੀ ਤਸੱਲੀ ਹੈ। ਬਾਬਾ ਜੀ ਨੂੰ ਝੋਟੀ ਨੂੰ ਮੋੜ ਲਿਆ, ਆਪਾਂ ਇਹਦੇ ਨਾਲ ਕੋਈ ਬਾਤ ਸ਼ਾਤ ਕਰ ਸਿਮਰਨ ਤੋਂ ਮੋੜ ਕੇ ਲਿਆ ਇਹਨੂੰ ਨਸ ਕੇ ਹੋ। ਡਾਚੀ ਨਾਮੀ ਜਨਾਬ ਇਹ ਝੋਟੀ ਹੈ 2 ਨੰਬਰ 'ਤੇ, ਇਹਦੇ ਤਕਰੀਬਨ 4 ਮਹੀਨੇ ਮੁਕੰਮਲ ਨੇ, ਠੀਕ ਹੈ। ਉਹ 5ਵੇਂ ਨੂੰ ਚਲਦੀ ਪਈ ਹੈ, ਇਹਨੇ 4 ਪੂਰੇ ਕਰ ਲਏ ਨੇ, ਜਾਂ ਕੋਈ 2 ਦਿਨ ਵੱਧ ਘੱਟ ਹੋ ਸਕਦੇ। ਲੋਹਾ ਤਰ੍ਹਾਂ ਇਹ ਝੋਟੀ ਅਸੀਂ ਦੱਸ ਸਕਦੇ ਹਾਂ ਕਿ ਜਨਾਬ ਇਹ 6 ਮਹੀਨੇ ਦੀ ਕੱਢਣੇ। ਕਦ ਬੜਾ ਝੋਟੀ ਨੂੰ ਮੂੰਹ ਤੋਂ 4 ਦੰਦ, ਉਹ ਝੋਟੀ ਦਾ ਦੱਸਿਆ ਕਿ ਉਹ 6 ਦੰਦ ਅਜੇ ਦੰਦ ਮੁਕੰਮਲ ਨਹੀਂ ਕੀਤੇ, 4 ਤੋਂ 6 ਹੋਈ ਹੈ ਲੇਕਿਨ ਦੰਦ ਮੁਕੰਮਲ ਨਹੀਂ ਕੀਤੇ। ਇਸ ਝੋਟੀ ਨੇ ਇਹ ਜੈਨਵਨ ਚੌਗੀ ਹੈ ਜੀ ਔਰ 4 ਮਹੀਨੇ ਦੀ ਹਮਲਾ ਹੈ। 4 ਤੋਂ 5 ਦਿਨ ਉੱਤੇ ਹੀ ਕੱਢ ਸੀ, ਥੱਲੇ ਨਹੀਂ ਹੁੰਦੀ ਇਨਸ਼ਾਅੱਲਾ, ਲੇਕਿਨ 4 ਮੁਕੰਮਲ ਨੇ। ਥਣ ਮਾਸ਼ਾਅੱਲਾ ਰਸਗੁੱਲੇ ਲਾਈ ਫਿਰਦੀ ਹੈ, ਕੋਈ ਇਹਦਾ ਵਾਧਾ ਸਿਫਤ ਅੱਗੋਂ ਵਿੱਚ ਰੱਖਣਾ ਦੀ ਲੋੜ ਵਿਖਾਉਣੀ। ਮਾਸ਼ਾਅੱਲਾ ਬੱਦਰ ਚੰਗੇ ਨੇ, ਝੋਟੀ ਚੰਗਾ ਕੱਦ ਕਰੇਗੀ, ਚੰਗੀ ਨਸਲੀ ਬਣੇਗੀ ਔਰ ਚੰਗੀ ਖਾਨਦਾਨੀ ਬਣੇਗੀ। ਲੋਕਾਂ ਤਰ੍ਹਾਂ ਇਹ ਕੰਮ ਨਹੀਂ ਹੈਗੇ ਕਿ ਜਨਾਬ ਦੱਸੀਏ ਹੋਰ ਤਾਂ ਹੋਵੇ ਹੋਰ, ਲੇਕਿਨ ਇਹ ਖਾਣਾ ਦੀ ਗਰੰਟੀ ਹੈ। ਰਸਗੁੱਲੇ ਨੇ ਮਾਸ਼ਾਅੱਲਾ ਇਹਦੇ ਥੱਲੇ ਲੱਗੇ ਹੋਏ ਔਰ ਬੜਾ ਖੂਬਸੂਰਤ ਥਣ ਔਰ ਬੜੇ ਖੂਬਸੂਰਤ ਬੱਦਰ ਨੇ ਝੋਟੀ ਦੇ ਕੋਲ। ਅੱਲਾਹ ਦੇ ਫਜ਼ਲੋ ਕਰਮ ਨਾਲ ਕੋਈ ਕਮੀ ਕਿਸੇ ਪਾਸੋਂ ਕੋਈ ਨਹੀਂ ਸੀ। ਮਜ਼ੀਦ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮਾਲਕ ਨਾਲ ਕਰ ਲੈਂਦੇ ਹਾਂ ਔਰ ਮਾਲਕ ਜਿਹੜਾ ਉਹ ਇਨਸ਼ਾਅੱਲਾ ਤੁਹਾਨੂੰ ਦੱਸੇਗਾ। ਆ ਜਾਓ ਜੀ, ਥਣਾਂ ਦੀ ਗਰੰਟੀ ਹੈ, ਥਣ 5 ਹੋਣ, ਬਿੱਟੇ ਹੋਣ, ਜੁੜੇ ਹੋਣ, ਹਰ ਚੀਜ਼ ਦੀ ਗਰੰਟੀ ਹੈ। ਬਾਕੀ ਤਾਂ ਸਾਰੇ ਨਸੀਬ ਨੇ ਜੀ। ਅਸਲਾਮ ਅਲੈਕੁਮ ਭਾਈ, ਕੀ ਹਾਲ ਚਾਲ? ਪਿਆਰਾ ਜਿਹਾ ਨਾਮ ਸਿਬਗਤ ਰਸੂਲ। ਸਿਬਗਤ ਭਾਈ 2 ਝੋਟੀਆਂ ਵਿਖਾਈਆਂ, ਇੱਕ ਉਹ ਗੁੱਸੀ ਕਾਲੀ, ਇੱਕ ਇਹ ਵੀ ਕਾਲੀ ਡਾਚੀ, ਅਤੇ ਅੱਖਾਂ ਕਾਲੀਆਂ ਅਤੇ ਮੱਥੇ 'ਚ ਫੁੱਲੀ ਹੈ ਇਹਦੇ। ਕਿੰਨੇ ਕਿੰਨੇ ਮਹੀਨਿਆਂ ਦੀ ਹਮਲਾਂ ਨੇ ਜਨਮ ਦੱਸਣੀਆਂ ਨੇ, ਜਿਹੜੀਆਂ ਗੱਲਾਂ ਤੋਂ ਮੈਨੂੰ ਦੱਸੀਆਂ ਨੇ ਮੈਂ ਅੱਗੇ ਕਰ ਦਿੱਤੀਆਂ ਨੇ ਮਜ਼ੀਦ।
ਮੇਰੇ ਭਰਾ ਨੇ ਦੱਸਣੀ ਇਹਨੇ ਕਿ ਇਹ ਚੋਟੀਆਂ ਦੀ ਕੀ ਕੈਟਾਗਰੀ ਹੈ ਔਰ ਕਿੰਨੇ ਕਿੰਨੇ ਮਿਹਨਤ। ਇਹ ਚੋਟੀ 4 ਮਹੀਨੇ ਪੂਰੇ ਕਰਕੇ ਚੋਟੀ ਨੰਬਰ 1 ਪੰਜਵੇਂ 'ਚ, ਚੋਟੀ ਨੰਬਰ 2 3 ਪੂਰੇ ਕਰਕੇ ਚੌਥੀ ਦੇ ਵਿੱਚ, ਤਕਰੀਬਨ 4 ਦੇ ਵਿੱਚ, ਤਕਰੀਬਨ ਉਹ ਵੀ 4 ਕੋ 5-7 ਦਿਨ ਦਾ ਵਾਧਾ ਘਾਟਾ ਹੋ ਸਕਦਾ ਹੈ। ਅੱਛਾ, ਦੋਨਾਂ ਦੀ ਤਸੱਲੀ ਹੈ, ਦੋਨਾਂ ਤਸੱਲੀ, ਪਿੱਛੇ ਤਾਂ ਨਹੀਂ ਕਰਦੀ, ਨਹੀਂ ਕੋਈ ਵਾਧਾ ਘਾਟਾ, ਸਿਰਫ ਪਿੱਛੇ ਦੀ ਗਰੰਟੀ, ਕਿਸੇ ਕਿਸਮ ਦਾ ਕੋਈ ਐਬ ਹੋਵੇ ਤੁਸੀਂ ਜਵਾਬ ਦੇ, ਪਿੱਛੇ ਦੀ ਗਰੰਟੀ ਦੇਣੀ, ਬਾਕੀ ਕੋਈ ਗਰੰਟੀ, ਕਿਸੇ ਕਿਸਮ ਦਾ ਵੀ ਥਾਣ 6 ਹੋਣ ਤਾਂ ਵੀ ਗਰੰਟੀ, ਤਾਂ ਵੀ ਗਰੰਟੀ, ਬਿੱਟੇ ਹੋਣ ਤਾਂ ਵੀ ਗਰੰਟੀ, ਤਾਂ ਵੀ ਗਰੰਟੀ, ਇਕੱਲੇ ਇਕੱਲੇ ਥਾਣ ਪਿਓਰ ਨੀ ਲੀ ਲਿਆ, ਤਕਰੀਬਨ ਬਰਾਬਰ ਹੀ ਨੇ, ਕੋਈ ਦਾ ਵਾਧਾ ਸਾਢੇ 6 ਦਾ ਫਾਈਨਲ ਸ਼ਫਕਤ ਕਰ ਰਹੇ ਇੱਕੋ ਪੈਸੇ ਜਿਹੜੇ ਆਪਣੇ, ਅਗਰ ਕੋਈ ਵੀਰ ਭਰਾ ਲੈਣਾ ਚਾਹੇ 6,30,000 ਦੋਨੇ 3-15 ਦੇ, ਇਹਨਾਂ 'ਚ ਰੁਪਈਆ ਇੱਕ ਵੀ ਨਹੀਂ, 3,15,000 ਦੇ ਪਾ, 3,00,000 ਅਤੇ 15,000 ਰੁਪਈਆ ਦੇ ਪਰ ਪੁੱਠਾ ਜਾਨਵਰ ਦੇ ਵਿੱਚ। ਮੈਂ ਕੋਸ਼ਿਸ਼ ਕਰਾਂਗਾ ਇਹਨਾਂ ਛੋਟੇ 'ਚ 2-2, 4-4 ਦੀ ਗੇਮ ਹੁੰਦੀ, ਲੰਮੀ ਛੋਟੀ ਗੇਮ ਨਹੀਂ ਹੁੰਦੀ, ਕੋਈ ਇੱਥੇ ਬਹਿ ਜਾਓ ਤਾਂ ਗਿੱਟੇ ਕੁੱਟਣ ਲੱਗ ਪਓ। ਪਿਓਰ ਛੋਟੀਆਂ ਨੇ, ਨੀਲੀ ਦੀਆਂ ਨੇ 100%, ਬਾਕੀ ਕੋਸ਼ਿਸ਼ ਮੈਂ ਕਰਾਂਗਾ ਕਿ 6,30,000 ਦੇ ਵਿੱਚੋਂ ਕੋਈ ਤੁਹਾਨੂੰ ਕਿਰਾਇਆ ਸ਼ਰਾਇਆ ਛਡਾ ਦੇਵਾਂ 2-4 ਹਜ਼ਾਰ। ਲੰਮੀ ਛੋਟੀ ਗੇਮ ਨੇ, ਉਹ ਇਹਦੀ ਮਿਹਨਤ ਕਰਕੇ ਕਿ ਬੰਦਾ ਬੜਾ ਡੱਡ ਹੈ, ਇੱਕ ਹੋਇਆ ਡਾਕਟਰ ਉੱਤੋਂ ਇਹਦੀਆਂ ਕਰਦੀਆਂ ਨੇ, ਇਹਨੇ ਕੋਈ ਜ਼ਮੀਨ ਤੋਂ ਸੌਦਾ ਕੀਤਾ ਅਤੇ ਇਹ ਆਦਾ ਡੰਗਰ ਜਿਹੜੇ ਘਬਣਾਉਣੇ ਨੇ ਉਹ ਵੇਚੀ ਵੁਚੀ ਆਉਂਦਾ। ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਕਰਨਾ ਲਾਈਕ, ਸ਼ੇਅਰ ਅਤੇ ਕਮੈਂਟ, ਔਰ ਆਪਣੀ ਰਾਏ ਨਾਲ ਸਾਨੂੰ ਕਰਨਾ ਜ਼ਰੂਰ ਹੈਗਾ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਹਮੇਸ਼ਾ ਜ਼ਿੰਦਾ।